ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਰੋਜ਼ਗਾਰ ਮੇਲੇ ਦੇ 10ਵੇਂ ਐਡੀਸ਼ਨ ਦੌਰਾਨ ਦੇਸ਼ ਭਰ ਵਿੱਚ ਸਥਿਤ 37 ਕੇਂਦਰਾਂ ਵਿੱਚ ਵੀਡੀਓ ਕਾਨਫਰencing ਰਾਹੀਂ 54 ਹਜ਼ਾਰ ਤੋਂ ਵੱਧ ਨਾਮ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਹ ਨਿਯੁਕਤੀਆਂ ਕੇਂਦਰ ਸਰਕਾਰ ਦੇ ਵਿਭਾਗਾਂ ਸਮੇਤ ਰਾਜ ਸਰਕਾਰਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੋਈਆਂ ਨੇ। ਇਹਨਾਂ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਰੇਲ ਮੰਤਰਾਲੇ, ਡਾਕ ਵਿਭਾਗ, ਗ੍ਰਹਿ ਮੰਤਰਾਲੇ, ਉੱਚ ਸਿੱਖਿਆ ਵਿਭਾਗ ਅਤੇ ਹੋਰ ਮੰਤਰਾਲਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਨਵémentੁਕਤ ਕਰਮਚਾਰੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਰਾਸ਼ਟਰ ਨਿਰਮਾਣ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਸਹਿਯੋਗੀ ਵਜੋਂ ਜੁੜ ਰਹੇ ਨੇ ਅਤੇ ਕਿਹਾ ਕਿ ਨਵੇਂ ਨਿਯੁਕਤ ਕੀਤੇ ਗਏ ਕਰਮਚਾਰੀਆਂ ਦੇ ਪਰਿਵਾਰਾਂ ਲਈ ਇਹ ਮੌਕਾ ਦਿਵਾਲੀ ਤੋਂ ਘੱਟ ਨਹੀਂ ਹੈ ਇਹਨਾਂ ਸਾਰੇ ਨੌਜਵਾਨਾਂ ਨੇ ਸਖਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਜਿਸ ਲਈ ਉਹ ਸਾਰੇ ਵਿਸ਼ੇਸ਼ ਤੌਰ ਤੇ ਬੇਟੀਆਂ ਵਧਾਈ ਦੀਆਂ ਯੋਗ ਹਨ ਉਨ੍ਹਾਂ ਨਵémentੁਕਤ ਕਰਮਚਾਰੀਆਂ ਨੂੰ ਵੋਕਲ ਫੋਰ लोकल हर है कि वो इस मंत्री वचनबद्ध रहें क्योंकि वोकल फॉर लोकल ही रोजगार दे के मौके प्रदान करने का एक वसीला है युवाओं के हित में सरकार ने एक और महत्वपूर्ण बदलाव किया है एस के कुछ परीक्षाओं को हिंदी, इंग्लिश और तेरा क्षेत्रीय भाषाओं में लेना शुरू कर दिया है जिक्र है कि अज की गई इकवंजा हजार तू व्यव नियुक्तियां इक्की फीसद नियुक्तियां हुई हो